ਚੱਕਰ ਦੇ ਵਿੱਚ ਸਰਦਾਰ ਜਸਵੰਤ ਸਿੰਘ ਜਿਹੜਾ ਬਹੁਤ ਹੀ ਹੋਣਹਾਰ ਨੌਜਵਾਨ ਸੀਗਾ ਮਾਪਿਆਂ ਦਾ ਮੈਨੂੰ ਲੱਗਦਾ ਵੀ ਦੱਸਦੇ ਆ ਵੀ 2.5 ਮਹੀਨੇ ਪਹਿਲਾਂ ਦੁਬਈ ਮੁਲਕ ਦੇ ਵਿੱਚ ਬਹੁਤ ਵੱਡੇ ਆਪਣੇ ਪਰਿਵਾਰ ਦੇ ਲਈ ਆਪਣੇ ਬੱਚਿਆਂ ਦੇ ਲਈ ਸੁਪਨੇ ਲੈ ਕੇ ਗਿਆ ਸੀਗਾ ਪਰ 2.5 ਮਹੀਨੇ ਬਾਅਦ ਜਾਂ ਲੋਕਡਾਊਨ ਦੇ ਦੌਰਾਨ ਜਿਹਦੀ ਡੈਥ ਆ ਉਹ ਤਕਰੀਬਨ 1 ਮਹੀਨੇ ਤੋਂ ਉੱਪਰ ਹੋ ਗਿਆ ਹੋਈ ਨੂੰ ਅਤੇ ਉਹਨਾਂ ਦੀਆਂ ਭੈਣਾਂ ਦਾ ਬੁਰਾ ਹਾਲ ਆ ਰੋ ਕੇ ਜੀ ਭਰਾਵਾਂ ਦਾ ਉਹਦੇ ਬਾਪ ਦਾ ਜਾਣੀ ਕਿ ਝੱਲੇ ਨਹੀਂ ਜਾਂਦੇ ਹੈਗੇ ਦੇਖੇ ਨਹੀਂ ਜਾਂਦੇ ਹੈਗੇ ਲੋਕਾਂ ਨੂੰ ਸਾਰਾ ਪਿੰਡ ਹੀ ਵੈਸੇ ਬਹੁਤ ਦੁੱਖ ਦੀ ਘੜੀ ਦੇ ਵਿੱਚ ਪਹਿਲਾਂ ਵੀ ਇੱਕ ਨੌਜਵਾਨ ਦੀ ਇੱਥੇ ਮੌਤ ਹੋਈ ਆ ਉਹ ਵੀ ਬਹੁਤ ਦੁਖਦਾਈ ਸੀਗੀ ਪਰ ਅੱਜ ਐਂ ਵੀ 1 ਮਹੀਨੇ ਤੋਂ ਉੱਪਰ ਹੋ ਗਿਆ ਯਾਨੀ ਕਿ ਸਾਡੇ ਸਰਕਾਰਾਂ ਦੇ ਬਹੁਤ ਮੰਦੇ ਹਾਲਾਤ ਨੇ ਜੀ ਘੱਟੋ ਘੱਟ ਇਹ ਲੋਕ ਚਾਹੁੰਦੇ ਆ ਵੀ ਜਰਾ ਸਾਡੇ ਜਿਹੜੀ ਉਹ ਪੁੱਤ ਦੀ ਮਿੱਟੀ ਆ ਜਿਹੜੀ ਉਹ ਤਾਂ ਸਾਡੇ ਪਿੰਡ ਆ ਜੇ ਇਹਦੇ ਜਿਹੜੇ ਸੰਸਕਾਰ ਆ ਸਰ ਅੱਜ ਜਿਹੜਾ ਬਦਾਤੇ ਆਏ ਹੋ ਤੁਸੀਂ ਅਤੇ ਕੀ ਮੈਟਰ ਆ ਸਰ ਆਈ ਇਹ ਭਾਅ ਜੀ ਬਦਾਤੇ ਨਗਰ ਦੇ ਵਿੱਚ ਸਰਦਾਰ ਜਸਵੰਤ ਸਿੰਘ ਜਿਹੜਾ ਬਹੁਤ ਹੀ ਹੋਣਹਾਰ ਨੌਜਵਾਨ ਸੀਗਾ ਮਾਪਿਆਂ ਦਾ ਮੈਨੂੰ ਲੱਗਦਾ ਵੀ ਦੱਸਦੇ ਆ ਵੀ 2.5 ਮਹੀਨੇ ਪਹਿਲਾਂ ਦੁਬਈ ਮੁਲਕ ਦੇ ਵਿੱਚ ਬਹੁਤ ਵੱਡੇ ਆਪਣੇ ਪਰਿਵਾਰ ਦੇ ਲਈ ਆਪਣੇ ਬੱਚਿਆਂ ਦੇ ਲਈ ਸੁਪਨੇ ਲੈ ਕੇ ਗਿਆ ਸੀਗਾ ਪਰ 2.5 ਮਹੀਨੇ ਬਾਅਦ ਜਾਂ ਲੋਕਡਾਊਨ ਦੇ ਦੌਰਾਨ ਜਿਹਦੀ ਡੈਥ ਆ ਉਹ ਤਕਰੀਬਨ 1 ਮਹੀਨੇ ਤੋਂ ਉੱਪਰ ਹੋ ਗਿਆ ਹੋਈ ਨੂੰ ਅਤੇ ਉਹਨਾਂ ਦੀਆਂ ਭੈਣਾਂ ਦਾ ਬੁਰਾ ਹਾਲ ਆ ਰੋ ਕੇ ਜੀ ਭਰਾਵਾਂ ਦਾ ਉਹਦੇ ਬਾਪ ਦਾ ਜਾਣੀ ਕਿ ਝੱਲੇ ਨਹੀਂ ਜਾਂਦੇ ਹੈਗੇ ਦੇਖੇ ਨਹੀਂ ਜਾਂਦੇ ਹੈਗੇ ਲੋਕਾਂ ਨੂੰ ਸਾਰਾ ਪਿੰਡ ਹੀ ਵੈਸੇ ਬਹੁਤ ਦੁੱਖ ਦੀ ਘੜੀ ਦੇ ਵਿੱਚ ਪਹਿਲਾਂ ਵੀ ਇੱਕ ਨੌਜਵਾਨ ਦੀ ਇੱਥੇ ਮੌਤ ਹੋਈ ਆ ਉਹ ਵੀ ਬਹੁਤ ਦੁਖਦਾਈ ਸੀਗੀ ਪਰ ਅੱਜ ਐਂ ਵੀ 1 ਮਹੀਨੇ ਤੋਂ ਉੱਪਰ ਹੋ ਗਿਆ ਯਾਨੀ ਕਿ ਸਾਡੇ ਸਰਕਾਰਾਂ ਦੇ ਬਹੁਤ ਮੰਦੇ ਹਾਲਾਤ ਨੇ ਜੀ ਘੱਟੋ ਘੱਟ ਇਹ ਲੋਕ ਚਾਹੁੰਦੇ ਆ ਵੀ ਜਰਾ ਸਾਡੇ ਜਿਹੜੀ ਉਹ ਪੁੱਤ ਦੀ ਮਿੱਟੀ ਆ ਜਿਹੜੀ ਉਹ ਤਾਂ ਸਾਡੇ ਪਿੰਡ ਆ ਜੇ ਅਸੀਂ ਉਹਦੇ ਜਿਹੜੇ ਸੰਸਕਾਰ ਆ ਉਹ ਰੋਹ ਰੀਤਾਂ ਨੇ ਜਿਹੜੀਆਂ ਉਹਦੇ ਮੁਤਾਬਕ ਅਸੀਂ ਕਰ ਸਕੀਏ ਪਰ ਅਸੀਂ ਮੈਂਬਰ ਪਾਰਲੀਮੈਂਟ ਭਗਵੰਤ ਸਿੰਘ ਮਾਨ ਜੀ ਅਤੇ ਮੈਂ ਆਪ ਜਾ ਕੇ ਖੁਦ ਅਤੇ ਸਾਰੇ ਮੇਰੇ ਕੋਲ ਨੌਜਵਾਨ ਵੀ ਗਏ ਸੀ ਸਾਰੇ ਜਿਹੜਾ ਪ੍ਰੈਪਰ ਆਪਣਾ ਇੱਥੇ ਬਣਦਾ ਸੀਗਾ ਮਾਨ ਸਾਹਿਬ ਦਾ ਉਹਨਾਂ ਨੇ ਸਾਰੇ ਕਾਗਜ਼ ਪੱਤਰ ਉੱਧਰ ਜਾ ਕੇ ਭੇਜ ਚੁੱਕੇ ਨੇਗੇ ਅਤੇ ਪਹਿਲੀ ਵਾਰੀ ਹੋਇਆ ਜਾਣੀ ਕਿ ਬਾਕੀ ਜਿਹੜੀਆਂ ਡੈੱਡ ਬੋਡੀਆਂ ਹੋਰ ਵੀ ਆਈਆਂ ਨੇ ਸਾਡੇ ਮਹਿਲਕਲਾਂ ਤੋਂ ਵੀ ਮੁੰਡੇ ਦੀ ਆਈ ਆ ਰੈਸਰ ਤੋਂ ਵੀ ਆਈ ਉਹ ਆ ਗਈਆਂ ਇਹਦੀ 1 ਮਹੀਨੇ ਤੋਂ ਉੱਪਰ ਹੋਏ ਡੈੱਡ ਬੋਡੀ ਹੈ ਜਿਹੜੀ ਉਹ ਇੰਨਾ ਤੱਕ ਨਹੀਂ ਪਹੁੰਚੀ ਮਾਪੇ ਬਹੁਤ ਜਾਣੀ ਕਿ ਦੁੱਖ ਦੀ ਆ ਦੇਖੋ ਉਹਦੀਆਂ ਭੈਣਾਂ ਤੋਂ 1 ਮਹੀਨੇ ਤੋਂ ਰੋਈ ਜਾਂਦੀਆਂ ਜਾਂ ਇੱਕ ਘਰੇ ਬੈਠੀਆਂ ਅਤੇ ਉਹਨਾਂ ਤੋਂ ਰੋਣੀਆਂ ਝੱਲੀਆਂ ਨਹੀਂ ਜਾਂਦੀਆਂ ਮੈਂ ਸਰਕਾਰ ਤੋਂ ਮੰਗ ਕਰਦਾ ਤੁਹਾਡੇ ਚੈਨਲ ਦੇ ਜ਼ਰੀਏ ਵੀ ਜਿਹੜੇ ਵੀ ਨੌਜਵਾਨ ਦੀ ਕੁਛ ਦੁੱਖ ਦੀ ਘੜੀ ਦੇ ਉੱਧਰ ਫਸੇ ਹੋਏ ਨੇ ਜਿਹਨਾਂ ਨੂੰ ਲਾ ਲਓ ਉੱਧਰ ਇੰਨੇ ਲੋਕ ਔਖੇ ਨੇ ਕੰਪਨੀਆਂ ਨੇ ਕੱਢਤੇ ਉਹ ਇੱਧਰ ਆਉਣ ਲਈ ਤਰਸਦੇ ਨੇ ਸਰਕਾਰਾਂ ਨੂੰ ਚਾਹੀਦਾ ਕੇਂਦਰ ਦੀ ਸਰਕਾਰ ਨੂੰ ਚਾਹੀਦਾ ਪੰਜਾਬ ਸਰਕਾਰ ਮੰਗ ਉਠਾਵੇ ਉਹਨਾਂ ਲਈ ਕੋਈ ਜਹਾਜ਼ਾਂ ਦਾ ਪ੍ਰਬੰਧ ਕਰੇ ਨਹੀਂ ਉਹ ਵਿਚਾਰੇ ਉੱਧਰ ਮਰਨ ਲਈ ਮਜਬੂਰ ਨੇ ਉਹ ਵਿਚਾਰੇ ਵੀਡੀਓ ਪਾਉਂਦੇ ਨੇ ਲੋਕਾਂ ਨੂੰ ਦੱਸਦੇ ਨੇ ਤੁਹਾਡੇ ਚੈਨਲ ਰਾਹੀਂ ਦੱਸਦੇ ਨੇ ਵੀ ਯਾਰ ਸਾਡੀ ਤਾਂ ਗੱਲ ਪਹੁੰਚਾ ਦਿਓ ਮਾਨ ਸਾਹਿਬ ਕੋਲੇ ਪਹੁੰਚਾ ਦਿਓ ਵੀ ਸਾਨੂੰ ਇੱਥੋਂ ਬਚਾ ਕੇ ਲੈ ਜਾਓ ਨਹੀਂ ਇੱਥੇ ਸਾਡੇ ਹਾਲਾਤ ਆ ਜਿਹੜੇ ਕਿਉਂਕਿ ਕਰੋਨਾ ਜਿਹੜੀ ਬਿਮਾਰੀ ਆ ਮਹਾਂਮਾਰੀ ਆ ਉਹ ਬਹੁਤ ਜ਼ਿਆਦਾ ਬਾਹਰਲੇ ਮੁਲਕਾਂ 'ਤੇ ਵਧੀ ਹੋਈ ਆ ਅਤੇ ਡਰ ਵੀ ਬਹੁਤ ਆ ਉਹ ਮਾਪੇ ਵਿਚਾਰੇ ਇੱਧਰ ਉਹਨਾਂ ਦੀ ਜਾਨ ਸੁੱਕਦੀ ਆ ਵੀ ਯਾਰ ਉਹ ਇੱਧਰ ਕਿਤੇ ਆ ਕੇ ਸਾਡਾ ਘੱਟੋ ਘੱਟ ਵੀ ਅਸੀਂ ਉਹਨਾਂ ਆਪਣੇ ਪਰਿਵਾਰ ਦੇ ਵਿੱਚ ਤਾਂ ਉਹ ਆ ਜਾਣ ਇਸ ਲਈ ਸਰਕਾਰ ਤੋਂ ਮੰਗ ਆ ਵੀ ਜਿਹੜੇ ਇਹੋ ਜਿਹੇ ਨੌਜਵਾਨਾਂ ਦੀ ਡੈਥ ਹੋ ਜਾਂਦੀ ਆ ਬਾਹਰਲੇ ਮੁਲਕਾਂ ਦੇ ਵਿੱਚ ਉਹ ਕਿੰਨੇ ਸੁਪਨੇ ਲੈ ਕੇ ਜਾਂਦੇ ਨੇ ਕਿੰਨੇ ਪੈਸੇ ਲਾ ਕੇ ਜਾਂਦੇ ਨੇ ਅੱਜ ਉਹ ਜਿਹੜਾ 2.5 ਮਹੀਨੇ ਸਿਰਫ ਪਹਿਲਾਂ ਗਿਆ ਉਹ ਬੀਬੀ ਹਲੇ ਦੇਖੋ ਉਹ ਝੱਲੀ ਨਹੀਂ ਜਾਂਦੀ ਉਹਦੀ ਹਲੇ ਬੱਚਾ ਹੋਣ ਵਾਲਾ ਦੇਖੋ ਇਸ ਕਰਕੇ ਵੀਰੋ ਮੈਂ ਤੁਹਾਡੇ ਸਾਰੇ ਚੈਨਲ ਦੇ ਜ਼ਰੀਏ ਸਰਕਾਰਾਂ ਦੇ ਮੈਂ ਸਰਕਾਰ ਤੋਂ ਮੰਗ ਕਰਦਾ ਵੀ ਘੱਟੋ ਘੱਟ ਇਹਨਾਂ ਪਰਿਵਾਰ ਆ ਜਿਹੜੇ ਪਿਛਲੇ ਰਹਿ ਜਾਂਦੇ ਉਹਨਾਂ ਨੂੰ ਕੋਈ ਸਰਕਾਰ ਸੀਮਤ ਮੁਆਵਜ਼ਾ ਦੇਵੇ ਘੱਟੋ ਘੱਟ 50 ਲੱਖ ਰੁਪਈਆ ਮੁਆਵਜ਼ਾ ਦੇਵੇ ਜਾਂ 20 ਲੱਖ ਉਸ ਜਿਹੋ ਜਿਹੇ ਹਾਲਾਤ ਆ ਘਰ ਦੇ ਉਹ ਘੱਟੋ ਘੱਟ ਉਹ ਤਾਂ ਬਚ ਜਾਣਗੇ ਉਹ ਤਾਂ ਪਹਿਲਾਂ ਵੀ ਨੇਕਾ ਪੈਸੇ ਲੱਗ ਗਿਆ ਹੁਣ ਪਰਿਵਾਰ ਨੂੰ ਵਿਚਾਰੇ ਨੂੰ ਸਾਰੇ ਨੂੰ ਮਤਲਬ ਖੁੰਗਲ ਹੋਣ ਵਾਲੀ ਗੱਲ ਹੋ ਜਾਂਦੀ ਹੈ ਸਰਕਾਰਾਂ ਦਾ ਇਹਦੇ ਵੱਲ ਕੋਈ ਧਿਆਨ ਹੀ ਨਹੀਂ ਉਹ ਵਿਚਾਰੇ ਮਿੱਟੀ ਨੂੰ ਤਰਸਦੇ ਆ ਮਿੱਟੀ ਵੀ ਨਹੀਂ ਆ ਰਹੀ ਉਹਨਾਂ ਦੀ ਇਸ ਕਰਕੇ ਮੈਂ ਬਹੁਤ ਜਾਣੀ ਕਿ ਦੁੱਖ ਦੀ ਘੜੀ ਦੇ ਵਿੱਚ ਇਹ ਪਰਿਵਾਰ ਦੇ ਨਾਲ ਵੀ ਦੁੱਖ ਸਾਂਝਾ ਮੈਂ ਪਹਿਲਾਂ ਵੀ ਕਰਨ ਆਇਆ ਸੀਗਾ ਅਤੇ ਅੱਜ ਫਿਰ ਇਹਨਾਂ ਨੂੰ ਹੌਸਲਾ ਦੇਣਾ ਵੀ ਕੋਈ ਗੱਲ ਨਹੀਂ ਜਿਹੜਾ ਪ੍ਰੋਸੈਸ ਆ ਉਹ ਪੂਰਾ ਚੱਲ ਰਿਹਾ ਮਾਨ ਸਾਹਿਬ ਨਾਲ ਵੀ ਹਰ ਰੋਜ਼ ਹੀ ਤਕਰੀਬਨ ਗੱਲ ਹੋ ਜਾਂਦੀ ਹੈ ਪਰ ਸਰਕਾਰ ਤੋਂ ਜ਼ਰੂਰ ਮੰਗ ਕਰਦੇ ਹਾਂ ਵੀ ਜਿੰਨੇ ਵੀ ਮੁੰਡੇ ਰੁਲਦੇ ਫਿਰਦੇ ਆ ਉਹਨਾਂ ਨੂੰ ਆਪਣੇ ਵਤਨ ਆਪਣੇ ਘਰ ਵਾਪਸੀ ਦੇ ਲਈ ਜ਼ਰੂਰ ਜਿਹੜੇ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਇੱਕ ਸਰ ਆਮ ਆਦਮੀ ਪਾਰਟੀ ਵੱਲੋਂ ਇਹ ਅਜੇ ਹੋਏ ਕੇਸ ਆ ਜਿਹੜੇ ਉਹਨਾਂ ਦੀ ਫੁੱਲ ਮਦਦ ਕੀਤੀ ਜਾਂਦੀ ਹੈ ਅਤੇ ਤਕਰੀਬਨ ਡੈੱਡ ਬੋਡੀਆਂ ਲਿਆਂਦੀਆਂ ਜਾਂਦੀਆਂ ਉਹਨਾਂ ਦੀ ਅਤੇ ਇਹਦੇ ਵਿੱਚ ਕੀ ਦਿੱਕਤ ਆ ਰਹੀ ਹੈ ਕਿਉਂ ਨਹੀਂ ਆ ਰਹੀ ਤੁਹਾਡੀ ਜੀ ਨਹੀਂ ਜੀ ਦੇਖੋ ਅਸੀਂ ਜਿੱਥੇ ਵੀ ਸਾਨੂੰ ਪਤਾ ਲੱਗਦਾ ਜਿਹੜਾ ਸਾਡੇ ਤੱਕ ਪਹੁੰਚ ਕਰਦਾ ਅਸੀਂ ਭਾਵੇਂ ਮੈਂ ਹਲਕਾ ਮਹਿਲਕਲਾਂ ਦਾ MLA ਮੇਰੇ ਕੋਲ ਗੁਰਦਾਸਪੁਰ ਦੇ ਵੀ ਆ ਕੇ ਆਉਂਦੇ ਨੇ ਖਡੂਰ ਸਾਹਿਬ ਦੇ ਵੀ ਲੋਕ ਆਉਂਦੇ ਨੇ ਕਿਉਂਕਿ ਸਾਡੇ ਤੋਂ ਲੋਕ ਆਸ ਕਰਦੇ ਨੇ ਵੀ ਯਾਰ ਇਹ ਭਾਵੇਂ ਮਹਾਂਮਾਰੀ ਚੱਲਦੀ ਆ ਬਿਮਾਰੀ ਚੱਲਦੀ ਪਰ ਇਹ ਲੋਕ ਸਾਡੀ ਸੁਣਦੇ ਆ ਅਸੀਂ ਤੁਰੰਤ ਹੀ ਜਿਹੜਾ ਵੀ ਕਾਗਜ਼ ਪੱਤਰ ਨਾਲ ਲੱਗਦਾ ਗੌਰਮੈਂਟ ਨੂੰ ਭਾਵੇਂ ਅਸੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਜੀ ਵੱਲੋਂ ਵੀ ਲੈਟਰ ਸਰਕਾਰ ਵੱਲੋਂ ਭਿਜਵਾ ਕੇ ਅਸੀਂ ਕੇਂਦਰ ਨੂੰ ਭਿਜਵਾਉਂਦੇ ਹਾਂ ਅਤੇ ਇਹ ਕਈ ਵਾਰੀ ਹੁਣ ਮੁਸਲਮਾਨੀ ਕੰਟਰੀ ਆ ਜੀ
दुबई, हालांकि जो दूसरे मुल्क भावें मलेशिया के बच्चे मैस्कट के बच्चे साढ़े महल दसके हटे में पहला सारिया डेड बॉडियां पहुँच गई ने। इन का हले जी मुसलम कंट्री होने करके कोई हले जवाब नहीं आया। मान साहब ने फिर पूछा कोई जरा कोई नवी मेल आई हो मैं भेजो, क्या मैं तुम्हें दोबारा सारा कुछ पता करके दस दाँ। इसलिए बहुत जाने कि सरकार को चाहिए, साड़ी पंजाब सरकार को चाहिए वो केंद्र नाल राबता करे भी जिन्हें भी मुंडे फसे हुए हैं या डेड बॉडियां फसिया हुई हैं वो भी की वह कार्रवाई कोई सही नहीं उन्हों का जी। कुछ कल असी तो किसी बहरले साढ़े तो सारे ही आस करते हैं। आप पिछले जो होना मुंडे 5000 मुंडे की घट्टो घट्ट वीडियो आई है जी मान साहब लैके आए हैं साढ़े चैनल जरिए चल रही है तो वो सारे दवावान कर रहे दे रहे हैं। जाने कि असी जिन्हें जोगे असं तो लगे हुए हैं दिन रात करके, पर सरकार के जो बड़े काम ने उन्होंने जरूर ध्यान देना। हाँ जी भाई जी, की नाम है तो कौन गया सी बाहर अपने की जानकारी है सारी की नाम से उन्होंने कि टाइम पहला गए ते की गल हो गई होगी डेड बॉडी लाने से शायद सरकार ने मदद करी थी या नहीं करी थी? सरकार ने मदद करी थी कि उधरों पता नहीं की चक्कर होया आ नहीं रही। कितना टाइम हो गया डेड बॉडी डेथ हुई मदद तो हुई होगी 6 तारीख की तो हुई है। ज्योतिष आर के शास्त्री रूहानी ते काल इलम दे माहिर 72 घंटियां विच घर बैठे हर तरह दा समाधान वशीकरण करना जां तोड़ना प्यार विच धोखा लव मैरिज पति पत्नी विच अणबण सौतन दुश्मन दा नाश धोखा खादे लोग सानू एक बार जरूर फोन करन 8148 13 896 8148 13 896।